ਸਾਡਾ ਸ਼ਕਲ ਬੱਚਿਓ ਪੰਜਵੀਂ ਦੀ ਪੰਜਾਬੀ ਦੀ ਜਮਾਤ ਵਿੱਚ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਪੰਜਾਬੀ ਵਰਣਮਾਲਾ ਦੀ ਤੀਜੀ ਲਾਈਨ ਠੀਕ ਹੈ ਤੇ ਆਈ ਹੋਪ ਤੁਸੀਂ ਦੋ ਲਾਈਨਾਂ ਜੋ ਹੈ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ ਤੇ ਤੁਸੀਂ ਉਹਨਾਂ ਨੂੰ ਕੰਪਲੀਟ ਵੀ ਕਰ ਲਿਆ ਹੋਵੇਗਾ ਠੀਕ ਹੈ ਤੇ ਅੱਜ ਅਸੀਂ ਕਰਦੇ ਹਾਂ ਪੰਜਾਬੀ ਵਰਣਮਾਲਾ ਦੀ ਤੀਜੀ ਲਾਈਨ ਪੰਜਾਬੀ ਵਰਣਮਾਲਾ 3rd ਲਾਈਨ ਜੋ ਹੈ ਉਹ ਹੈ ਸਾਡਾ ਚ ਵਰਗ ਠੀਕ ਹੈ ਚ ਚਾ ਅਚਾ ਦੇਖੋ ਕਿਸ ਤਰ੍ਹਾਂ ਬਣਾਣਾ ਹੈ ਇਸ ਤਰ੍ਹਾਂ ਬਣਾ ਕੇ ਜੇ ਇੰਗਲਿਸ਼ ਦਾ ਜੇ ਬਣਾ ਕੇ ਫਿਰ ਇਸ ਨੂੰ ਬਾਹਰੋਂ ਘੁਮਾਉਂਦੇ ਹੋਏ ਅੰਦਰ ਨੂੰ ਇਸ ਤਰ੍ਹਾਂ ਚ ਚਾ ਛਾ ਜੋ ਹੈ ਉਹ ਹਿੰਦੀ ਦੇ ਹੈ ਵਰਗਾ ਹੈ ਹੈ ਬਣਾ ਕੇ ਇਹਨੂੰ ਬੰਦ ਕਰ ਦਿਓ ਨੀਚੋਂ ਇਸ ਤਰ੍ਹਾਂ ਫਿਰ ਇਸ ਦੇ ਵਿੱਚ ਇੱਕ ਲਾਈਨ ਸਿੱਧੀ ਛਾ ਜਜਾ ਜੋ ਹੈ ਵਨ ਬਣਾਇਆ ਫਿਰ ਇਸ ਨੂੰ ਇੱਧਰ ਨੂੰ ਲਿਆ ਕੇ ਉੱਪਰੋਂ ਟਪਾ ਕੇ ਇਸ ਨੂੰ ਇਸ ਤਰ੍ਹਾਂ ਜਜਾ ਛੱਜਾ ਨੂੰ ਛੋਟਾ ਜਿਹਾ ਵੀ ਔਰ ਉਸ ਦੇ نیچے ਕਕਾ झजा नैक्सट है साडा यंजा यंजा न इस तरह एक व्डा सारा सी डीपली जा, फिर एक छोटा तो फिर इस उपर कला लाइन यह है साडा यंजा ठीक है एक बार फिर देखो फॉरमेषन चचा छा जजा झजा यंजा ਇੱਕ ਵਾਰੀ ਫੇਰ ਬਣਾਵਾਂਗੇ ਅਸੀਂ ਚਚਾ ਚਮਚ ਹੁੰਦਾ ਹੈ ਛਛਾ ਛਤਰੀ ਜਜਾ ਜਹਾਜ਼ ਛਜਾ ਝੰਡਾ ਤੇ ਅੰਜਾ ਖਾਲੀ ਇਹਨਾਂ ਨਾਲ ਰਿਲੇਟਡ ਤੁਸੀਂ ਪਿਕਚਰਸ ਵੀ ਬਣਾ ਸਕਦੇ ਹੋ ਆਪਣੀ ਨੋਟਬੁੱਕ ਦੇ ਉੱਪਰ ਔਰ نیچے ਪੂਰੇ ਪੇਜ ਦੇ ਉੱਪਰ ਤੁਸੀਂ ਇਹ ਚਾਹ ਵਰਗ ਦੀ ਜੋ ਹੈ ਪ੍ਰੈਕਟਿਸ ਕਰਨੀ ਹੈ ਔਰ ਅਗਲੇ ਪੇਜ ਦੇ ਉੱਪਰ ਇੱਕ ਵਰਗ ਅਸੀਂ ਅਜ ਹੋਰ ਕਰਾਂਗੇ ਟਾ ਵਰਗ ਉਹਨੂੰ ਤੁਸੀਂ ਅਗਲੇ ਪੇਜ ਤੇ ਕਰਨਾ ਹੈ ਠੀਕ ਹੈ ਟਾ ਵਰਗ ਹਿੰਦੀ ਦੇ ਟਾ ਵਰਗਾਈ ਹੈ ਟੈਂਕਾ ਠਠਾ ਡਡਾ ਇਸ ਤਰ੍ਹਾਂ 3 ਬਣਾ ਕੇ ਬਰਾਬਰ ਲਾਈਨਸ ਹੋਣੀਆਂ ਚਾਹੀਦੀ ਅੱਗੋਂ ਫਿਰ ਇਹਨੂੰ ਨੀਚੋਂ ਦੀ ਅੰਦਰ ਘੁਮਾਣਾ ਹੈ ਡਡਾ ਟਡਾ ਨੂੰ ਇਸ ਤਰ੍ਹਾਂ ਲਿਹਾ ਕੇ ਉੱਪਰੋਂ ਟਪਾ ਕੇ ਫਿਰ ਰਾਈਟ ਸਾਈਡ ਤੇ ਫਿਰ ਅੰਦਰ ਨੂੰ ਟਡਾ ਤੇ ਲਾਸਟ ਹੈ ਨਾਣਾ इस तरह एक लाइन लगानी है पहले राइट साइड नो फिर ये नीचे इस तरह ना ना ठीक है टैंका इड़ी वर्ग ही है बस ऊपर लाइन नहीं है टड्डा ना ना एक बार होर देखो ਕਾ ਟਮਾਟਰ ਠੱਠਾ ਠੇਲਾ ਡੱਡਾ ਡਮਰੂ ਟੱਡਾ ਟਕਣ ਤੇਣਾਣਾ ਖਾਲੀ ਆਈ ਹੋਪ ਤੁਹਾਨੂੰ ਜੋ ਹੈ ਲਿਖਣ ਦੀ ਜੋ ਹੈ ਪ੍ਰੈਕਟਿਸ ਹੋ ਗਈ ਹੋएगी ਇਹਨੂੰ ਦੇਖ ਕੇ ਫਾਰਮੇਸ਼ਨ ਨੂੰ ਤੁਸੀਂ ਜੋ ਹੈ ਆਪਣੀ ਪਹਿਲੇ ਰਫ ਨੋਟਬੁੱਕ ਤੇ ਪ੍ਰੈਕਟਿਸ ਕਰ ਲੈਣਾ ਤੇ ਫਿਰ ਉਸ ਤੋਂ ਬਾਅਦ ਆਪਣੀ ਫੇਰ ਨੋਟਬੁੱਕ ਦੇ ਉੱਪਰ ਇੱਕ ਪੂਰਾ ਪੇਜ ਟੈ ਵਰਗ ਦਾ एक पूरा पेज चै वर्ग का इस तरह तो जो है अपनी नोटबुक के उपर करना है तो पिक्चर बनाओगे तो होर होएगा काम ठीक है तो अगों असी अपनी नैक्सट क्लास के अगले दो वर्क धन्यवाद